ਬਿਲਕੁਲ ਜਦ ਦਰਸ਼ਨ ਕਰਨ ਆਏ ਹਾਂ ਔਰ ਜਿੰਨੀ ਵਾਰ ਦਰਸ਼ਨ ਕਰਨ ਆਉਂਦੇ ਹਾਂ ਹਮੇਸ਼ਾ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੈਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਉਂਦਾ ਰਹਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਅਸੀਂ ਆਉਣਾ ਹੁੰਦਾ ਬਸ ਇੱਥੇ ਆ ਕੇ ਜ਼ਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਬਿਲਕੁਲ ਜਦ ਦਰਸ਼ਨ ਕਰਨ ਆਏ ਔਰ ਜਿੰਨੀ ਵਾਰ ਦਰਸ਼ਨ ਕਰਨ ਆਉਂਦੇ ਹਮੇਸ਼ਾ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੈਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਉਂਦਾ ਰਹਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਆਉਣਾ ਹੁੰਦਾ ਸੋ ਮਹਾਰਾਜ ਸਾਰਿਆਂ 'ਤੇ ਕਿਰਪਾ ਰੱਖੇ ਚੜ੍ਹਦੀ ਕਲਾ ਰੱਖੇ ਕਿੱਦਾਂ ਦਾ ਲੱਗਾ ਹਰਿਮੰਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਬਹੁਤ ਅੱਛਾ ਲੱਗਦਾ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਹਰਿਮੰਦਰ ਸਾਹਿਬ ਹੋ ਕੇ ਕੀ ਅਰਦਾਸ ਬੇਨਤੀ ਕੀਤੀ ਸਾਰਿਆਂ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ ਨਵਾਂ ਕੀ ਲੈ ਕੇ ਆ ਰਿਹਾ ਜੀ ਨਵਾਂ ਹਾਲੇ ਦੱਸਾਂਗੇ ਕੁਛ ਨਹੀਂ ਫਿਲਹਾਲ ਤਾਂ ਮੈਂ ਸਿਰਫ ਦਰਸ਼ਨ ਕਰਾਇਆ ਅਤੇ ਮੈਂ ਕਿਹਾ ਭਾਅ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜ਼ਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਪਾਤਸ਼ਾਹ ਤੋਂ ਹੀ ਮੰਗੋ ਹਾਂਜੀ ਮੈਂ ਕਿਹਾ ਭਾਅ ਜੀ ਅੱਜ ਦਰਸ਼ਨ ਕਰਨ ਬਿਲਕੁਲ ਜਦ ਦਰਸ਼ਨ ਕਰਨ ਆਏ ਔਰ ਜਿੰਨੀ ਵਾਰ ਦਰਸ਼ਨ ਕਰਨ ਆਉਂਦੇ ਹਮੇਸ਼ਾ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੈਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਉਂਦਾ ਰਹਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਅਸੀਂ ਆਉਣਾ ਹੁੰਦਾ ਸੋ ਮਹਾਰਾਜ ਸਾਰਿਆਂ 'ਤੇ ਕਿਰਪਾ ਰੱਖੇ ਚੜ੍ਹਦੀ ਕਲਾ ਰੱਖੇ ਕਿੱਦਾਂ ਦਾ ਲੱਗਾ ਹਰਿਮੰਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਬਹੁਤ ਅੱਛਾ ਲੱਗਦਾ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਹਰਿਮੰਦਰ ਸਾਹਿਬ ਹੋ ਕੇ ਕੀ ਅਰਦਾਸ ਬੇਨਤੀ ਕੀਤੀ ਸਾਰਿਆਂ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ ਨਵਾਂ ਕੀ ਲੈ ਕੇ ਆ ਰਿਹਾ ਜੀ ਨਵਾਂ ਹਾਲੇ ਦੱਸਾਂਗੇ ਕੁਛ ਨਹੀਂ ਫਿਲਹਾਲ ਤਾਂ ਮੈਂ ਸਿਰਫ ਦਰਸ਼ਨ ਕਰਾਇਆ ਅਤੇ ਮੈਂ ਕਿਹਾ ਭਾਅ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜ਼ਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਪਾਤਸ਼ਾਹ ਤੋਂ ਹੀ ਮੰਗੋ ਹਾਂਜੀ ਮੈਂ ਕਿਹਾ ਭਾਅ ਜੀ ਅੱਜ ਦਰਸ਼ਨ ਕਰਨ ਬਿਲਕੁਲ ਜਦ ਦਰਸ਼ਨ ਕਰਨ ਆਏ ਔਰ ਜਿੰਨੀ ਵਾਰ ਦਰਸ਼ਨ ਕਰਨ ਆਉਂਦੇ ਹਮੇਸ਼ਾ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੈਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਉਂਦਾ ਰਹਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਆਉਣਾ ਹੁੰਦਾ ਸੋ ਮਹਾਰਾਜ ਸਾਰਿਆਂ 'ਤੇ ਕਿਰਪਾ ਰੱਖੇ ਚੜ੍ਹਦੀ ਕਲਾ ਰੱਖੇ ਕਿੱਦਾਂ ਦਾ ਲੱਗਾ ਹਰਿਮੰਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਬਹੁਤ ਅੱਛਾ ਲੱਗਦਾ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਹਰਿਮੰਦਰ ਸਾਹਿਬ ਹੋ ਕੇ ਕੀ ਅਰਦਾਸ ਬੇਨਤੀ ਕੀਤੀ ਸਾਰਿਆਂ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ ਨਵਾਂ ਕੀ ਲੈ ਕੇ ਆ ਰਿਹਾ ਜੀ ਨਵਾਂ ਹਾਲੇ ਦੱਸਾਂਗੇ ਕੁਛ ਨਹੀਂ ਫਿਲਹਾਲ ਤਾਂ ਮੈਂ ਸਿਰਫ ਦਰਸ਼ਨ ਕਰਾਇਆ ਅਤੇ ਮੈਂ ਕਿਹਾ ਭਾਅ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜ਼ਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਪਾਤਸ਼ਾਹ ਤੋਂ ਹੀ ਮੰਗੋ ਹਾਂਜੀ ਮੈਂ ਕਿਹਾ ਭਾਅ ਜੀ ਅੱਜ ਦਰਸ਼ਨ ਕਰਨ ਬਿਲਕੁਲ ਜਦ ਦਰਸ਼ਨ ਕਰਨ ਆਏ ਔਰ ਜਿੰਨੀ ਵਾਰ ਦਰਸ਼ਨ ਕਰਨ ਆਉਂਦੇ ਹਮੇਸ਼ਾ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੈਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਉਂਦਾ ਰਹਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਅਸੀਂ ਆਉਣਾ ਹੁੰਦਾ ਸੋ ਮਹਾਰਾਜ ਸਾਰਿਆਂ 'ਤੇ ਕਿਰਪਾ ਰੱਖੇ ਚੜ੍ਹਦੀ ਕਲਾ ਰੱਖੇ ਕਿੱਦਾਂ ਦਾ ਲੱਗਾ ਹਰਿਮੰਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਬਹੁਤ ਅੱਛਾ ਲੱਗਦਾ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਹਰਿਮੰਦਰ ਸਾਹਿਬ ਹੋ ਕੇ ਕੀ ਅਰਦਾਸ ਬੇਨਤੀ ਕੀਤੀ ਸਾਰਿਆਂ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ ਨਵਾਂ ਕੀ ਲੈ ਕੇ ਆ ਰਿਹਾ ਜੀ ਨਵਾਂ ਹਾਲੇ ਦੱਸਾਂਗੇ ਕੁਛ ਨਹੀਂ ਫਿਲਹਾਲ ਤਾਂ ਮੈਂ ਸਿਰਫ ਦਰਸ਼ਨ ਕਰਾਇਆ ਅਤੇ ਮੈਂ ਕਿਹਾ ਭਾਅ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜ਼ਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਪਾਤਸ਼ਾਹ ਤੋਂ ਹੀ ਮੰਗੋ